لیے کل حجت ابن الحسن صلوات و علیہ والا ابائی فی ہذا حصات و فی کل سات من ساوت لیل و نار ولیوں و حافظوں و قائدوں و ناصروں و دلیلوں و عینوں حتی تسکنو ارجا کا توان و تم فیہا طویلا یا ربا محمد و آل محمد اجل فرج آل محمد رب صلی علی محمد و آل محمد نعرہ تکبیر اللہ اکبر نعرہ رسالت یا رسول اللہ نعرہ حیدری یا علی علیہ السلام حق دا امام درود چپڑھو با آواز بلند میرے پاس توجہ کرو میرے بعد میرا سردار ہے میرا مرشد میں ہوں دا نوکر آمین مل ویسے بھئی ایک اعلان ہے بھئی 4 مارچ کاکے اختر عباس پہلوان دا جلسے دے 4 مارچ حاجی صاحب زوار رانا حاجی فضل حسین دے پاس بھی مجلس ازا ہو سی نہڑ علی جلال آباد 16-17 مارچ کاکا ریاض حسین گڑ دے پاس مجلس اعلان تھی گیا ادھا میرا ٹائم مک گئے کل نہ تے پرسو خواجے موڑ ہو سی بلال حسین رٹا ٹھیک ہے سی ہو گیا اعلان ادھا ٹائم مک گیا بس میرے پاس توجہ چا کرو مولا کائنات تو وسطہ رکھے میں جناب کو ایک شعر قصیدے سنانا چاہنا ٹھیک ہے ایک سونی سونی صلوات پڑھو با آواز بلند اللہم کیڑا قصیدہ پڑھتا پئی نعت کر بس میرا قصیدہ شروع خوش نصیب ہو انسان جینا میرا مولا علی امام ٹھیک ہے یہ میرا قصیدہ تھا یہ میرا عنوان ہے معاشر دے میدان وچ ہر بندے وجنے لالا تساں جو لینے بولینے بیٹھے تساں کہہ نہیں وجنا میں معاشر دے ٹھیک ہے میرا قصیدہ شروع خوف معاشر نہیں کوئی او کو جائیں بشر دا علی پیشوا ہے بسم اللہ کراں فردستانی دے گور بلال بھٹی صاحب دعا کرنی ہے جعفر کیویں خوف معاشر نہیں بچر دا علی پیشوا او جائیں بچر دا علی پیشوا مردی شادی تے مردی خدا دے او مردی شادی تے مردی خدا دے ہاں رب دے مصحف دے آیت گوائے بسم اللہ کرام صحیح پڑھو جو بندے آدھن اساں بڑے سخی آئیں تو ساں سخی ہو کو زمین دے وے بھی جندگی نے 1 کروڑ ہوئے تے ودھان وے لاکھ اللہ دے ناتے دے دے وے تے سخی ہے اللہ اللہ وہ سخی کہنی بٹی صاحب وہ سخی کہنی جندگی نے 1 کروڑ ہوئے ودھان وے لاکھ دے دے وے اللہ دے ناتے وہ سخی کہنی تو ساں کو بھی زوارہ نے بھی عجیب بات ہے وہ سخی کہنی میں آدھا کنا ہونے منے سو سخی کہنی
ਸਖੀਓ ਆਉਂਦੇ ਜਿਹਦੇ ਇੱਕ ਵੇਲੇ ਦੀ ਹੋਵੇ ਤੇ ਇੱਕ ਵੇਲੇ ਦੀ ਨਾ ਹੋਵੇ ਤੇ ਸਾਇ ਲਾ ਵਜੇ ਉਹ ਹਿੱਕੇ ਵੇਲੇ ਵਾਲੀ ਹੂ ਕੁੜੇ ਦੇਵੇ। ਓਏ ਹੋਏ ਤੂੰ ਤੇ ਬਿਸਮਿਲਾ ਰਾਜ ਭਾਈ ਗੱਪਰ ਜਾਈ ਬਿਸਮਿਲਾ ਕਰਾਂ ਸਖੀ ਉਹ ਜਿਹਦੀ ਇੱਕ ਵੇਲੇ ਦੀ ਹੋਵੇ ਤੇ ਇੱਕ ਵੇਲੇ ਦੀ ਨਾ ਹੋਵੇ ਸਾਇ ਲਾਵੇ ਤੇ ਦੇ ਦੇਵੇ। ਮੈਂ ਜਿਹਦੀ ਗੱਲ ਕਰਨ ਲੱਗਾ ਸਖੀ ਨਹੀਂ ਉਹ ਅਸਖੀਆ ਹੈ, ਜਿਹਦੀ ਮੈਂ ਹੁਣ ਗੱਲ ਕਰਨ ਲੱਗਾ ਸਖੀ ਨਹੀਂ ਅਸਖੀਆ ਹੈ। ਸ਼ੇਰ ਤੇ ਤਵੱਜੋ ਕਿਨ ਬਚੜਾ ਹਿਨ ਗੁਜ਼ਰੇ ਇਹਦਾ ਹਰ ਦੇ ਉੱਤੇ ਜਿਤਨੇ ਅਸਖੀਆ ਹਿਨ ਗੁਜ਼ਰੇ ਇਹਦਾ ਹਰ ਦੇ ਉੱਤੇ ਜਿਤਨੇ ਅਸਖੀਆ ਆਦਮ ਤੂੰ ਘਿਨ ਕੇ ਈ ਸਤਾਈ ਸਾਰੇ ਅੰਬੀਆ ਆਦਮ ਤੂੰ ਘਿਨ ਕੇ ਸਤਾਈ ਸਾਰੇ ਅੰਬੀਆ ਮਿਸਲੇਲ ਜ਼ਮਾਨੇ ਤੇ ਕੋਈ ਸਖੀ ਦਿਖਾ ਮਿਸਲੇਲ ਜ਼ਮਾਨੇ ਤੇ ਕੋਈ ਸਖੀ ਦਿਖਾ ਵੱਲਾ ਤੇਰੀ ਸਖਾ ਵੱਤ ਦੀ ਮੌਲਾ ਕੋਈ ਹੱਦ ਹੈ ਨਾ ਕੋਈ ਇਨਤਾ ਕੋਈ ਹੱਦ ਹੈ ਨਾ ਕੋਈ ਇਨਤਾ ਓ ਤੈ ਸੁਲੇਮਾ ਦੀ ਸ਼ਾਹੀ ਦੇ ਮੁਲ ਓ ਤੈ ਸੁਲੇਮਾ ਦੀ ਸ਼ਾਹੀ ਮੁਲ ਦੇ ਹਾਂ ਕੀ ਦਿਸਾ ਇਲ ਕੋ ਮੁੰਦਰੀ ਆਤਾ ਹੈ ਬੰਦਾ ਹਜ਼ਾਰ ਸਾਲ ਇਬਾਦਤ ਖੁਦਾ ਕਰੇ ਗੋਪਾ ਪਿਆ ਦਾ ਹੱਜ ਹਜ਼ਾਰਾਂ ਅਦਾ ਕਰੇ ਗੋਪਾ ਪਿਆ ਦਾ ਹੱਜ ਹਜ਼ਾਰਾਂ ਅਦਾ ਕਰੇ ਸੋਨਾ ਤੇ ਚਾਂਦੀ ਉਹ ਬਰਾਬਰ ਫਿਦਾ ਕਰੇ ਸੋਨਾ ਤੇ ਚਾਂਦੀ ਉਹ ਬਰਾਬਰ ਫਿਦਾ ਕਰੇ ਉਹਦਾ ਮਤ ਸੁਣ ਹੋਵੇ ਕੋ ਮਦੀਨੇ ਉਹ ਅਗਰ ਦੁਸ਼ਮਣ ਨੇ ਮੁਰਤਦ ਅਗਰ ਦੁਸ਼ਮਣ ਨੇ ਮੁਰਤਦ ਸੜਸੀ ਉਹ ਦੋ ਰੱਖਦੇ ਅੰਦਰ ਸੜਸੀ ਬਣ ਕੇ ਉਹ ਦੋ ਰੱਖਦੇ ਅੰਦਰ ਮਿਲ ਸੀ ਮਲ ਉਹਨੂੰ ਕੂ ਇਹ ਸਜ਼ਾ ਬਸ ਬਈ ਬਸ ਜ਼ਿੰਦਾ ਸਲਾਮਤ ਰਹੋ ਮੌਲਾ ਤੋਂ ਕਿਸੇ ਦਾ ਮੁਹਤਾਜ ਨਾ ਕਰੇ। ਇੱਕ ਸੋਹਣੀ ਸੋਹਣੀ ਸਲਵਾਤ ਪੜ੍ਹੋ ਬਾਬਾ ਦੇ ਫਿਰ ਵੀ ਇੱਕ ਸਲਵਾਤ ਪੜ੍ਹੋ ਬਾਬਾ ਦੇ ਬੁਲੰਦ ਹੋਏ ਇਹ ਚੰਨ ਇਮਰਾਨ ਆ ਗਿਆ ਏ ਤੇ ਕੁੱਲ ਭਾਈ ਜਾਨ ਦੇ ਹੁਕਮ ਦੀ ਤਮੀਲ ਜ਼ਹਿਨ ਚ ਕੁਛ ਹੋ ਰਹੀ ਮੇਰਾ ਬਜ਼ੁਰਗ ਭੈਣ ਮੈਂ ਸਿਰਫ ਡੂ ਪੜੇ ਆ ਗਿਆ ਏ ਤੇ ਕਾਬਾ ਅੱਜ ਖੁਸ਼ ਬਹੁਤਾ ਹੈ ਤੇ ਕਾਬਾ ਅੱਜ ਖੁਸ਼ ਬਹੁਤਾ ਹੈ ਉਹਨਾਂ ਤੇ ਕੁਰਾਨ ਆ ਗਿਆ ਏ ਬੀਬੀਆਂ ਦੀਏ ਭਾਵੇਂ ਉਹ ਕਾ ਲੱਥਾ ਬਸ ਸ਼ਾਨ ਸੁਣੀ ਆਈ ਥੋੜਾ ਜਿਹਾ ਅਰਮਾਨ ਚ ਸੁਣ ਸੈਯਦਾ ਦੇ ਅਕਬਰ ਲਾਲ ਜਵਾਬ ਦੇ ਬੁੱਢੜਾ ਪਿਓ ਸਡੇ ਦਈ ਪਿਦਰ ਬਰ ਪਿਸਰ ਬਾਜ਼ੂ ਬਾ ਬਾਜ਼ੂ ਜਾਨੂ ਬਾ ਜਾਨੂ ਰਸੀਦ ਮੇਰਾ ਇਮਾਮ ਪੁੱਤਰ ਦੀ ਲਾਸ਼ ਤੇ ਇਵੇਂ ਵਧਾ ਟੁਰਦਾ ਹੈ ਜਿਵੇਂ ਇੱਕ ਸਾਲ ਦਾ ਬੱਚਾ ਇਰਕਾਂ ਦੇ ਭਰ ਟੁਰਦਾ ਹੈ
ਜਲ ਪਾਉਂਦਾ ਹੈ ਵੱਤ ਉੱਠਦਾ ਹੈ ਵੱਤ ਜਲ ਪਾਉਂਦਾ ਹੈ ਵੱਤ ਉੱਠਦਾ ਹੈ ਜਦੋਂ ਤ੍ਰਿਜੀ ਵਾਰੀ ਝਲਿਆ ਤਾਂ ਉੱਠਿਆ ਹੈ ਮੇਰੀ ਸੈਲ ਅਲੀ ਅਕਬਰ ਦੀ ਸੱਕੀ ਮਾਂ ਬੀਬੀ ਲੈਲਾ ਵਾਰਸ ਕੋ ਝੰਡਾ ਦਿੱਠਾ ਹੈ ਮੇਰੀ ਸੈਲ ਅਕਬਰ ਦੀ ਲਾਸ਼ ਤੇ ਬਸਰ ਹੋ ਕੇ ਕਿਆ ਦੇ ਮੇਰਾ ਵਚਣਾ ਆ ਦੀ ਹੈ ਭਾਵੇਂ ਬਿਸਮਿਲਾ ਕਰਾਂ ਮੇਰੀ ਸੈਣ ਰੋ ਕੇ ਕਿਆ ਦੇ ਬਚੜਾ ਭਾਵੇਂ ਬਿਸਮਿਲਾ ਕਰਾ ਮਾਫੀ ਮੰਗ ਕੇ ਅਗਲਾ ਬੈਣ ਸੁਣ ਮੇਰਾ ਇਮਾਮ ਪੁੱਤਰ ਕੋ ਚਾਵਲ ਪਿਆਂਦਾ ਉਡੂ ਆਦ ਦੀ ਭਈਵਾਲ ਭੇਣ ਸੜ ਮਾਰਿਆ ਹੈ ਹੁਸੈਨ ਇੱਕ ਵਾਰੀ ਖੈਮੇ ਵਾਲਾ ਮੇਰਾ ਇਮਾਮ ਅਜ਼ਮਾਨ ਬਜ਼ਮ ਕਰਕੇ ਦੇ ਓ ਮੇਰਾ ਅੱਲਾ ਮੈਂ ਕਿਨ ਵੰਨਾ ਉਡੂ ਪੁੱਤਰ ਸੜੇ ਦਾ ਏ ਉਡੂ ਭੇਣ ਸੜੇ ਦੀ ਏ ਆਵਾਜ਼ ਆ ਗਿਆ ਭਈਏ ਹੁਸੈਨ ਉਡਾਈ ਮਨ ਵਾਚਨੇ ਆਦ ਦੀ ਭਈਵਾਲ ਭੇਣ ਬੈਠੀ ਸੜੇ ਦੀ ਏਈ ਸੈਯਦ ਭੇਣ ਦੇ ਖੇਮਾ ਵਿੱਚ ਆਇਆ ਏ ਸੈਯਦ ਦੇ ਭੇਣ ਚਾਵਾਂ ਤਾਂ ਮੈਂ ਤੇਰੇ ਅਕਬਰ ਕੋ ਪਿਆਵੇਂਦਾ ਚਾਦਰ ਲਹਾ ਕੇ ਵੀਰਾ ਕੋ ਡੇਵਣ ਲੱਗੀਏ ਸੈਦ ਤੇ ਭੇਣ ਔਖੇ ਵੇਲੇ ਮੈਂ ਤੇਰੀ ਚਾਦਰ ਕਿਆ ਕਰਾਂ ਮੇਰੀ ਸੈਣ ਵੀਰਾ ਕੋ ਚਾਦਰ ਲੈ ਕੇ ਰੋ ਕੇ ਕਿਆ ਦੇ ਮੇਰਾ ਬਚੜਾ ਮੋਗਨੀ 4 ਮਾਰਚ ਜਲਾਲਾਬਾਦ ਚਾਕੇ।